ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਹੀ ਅਪਾਰ ਬਖਸ਼ਿਸ਼ ਕੀਤੀ ਹੈ, ਜੋ ਅੱਜ ਫਿਰ ਆਪਾਂ ਇਹ ਸਾਰਾ ਪਰਿਵਾਰ ਸਤ ਸੰਗਤ ਦੇ ਰੂਪ ਵਿੱਚ ਇਕੱਤਰ ਹੋਏ ਹਨ। ਗੁਰਮੁਖ ਪਿਆਰਿਓ, ਜਿੱਥੇ ਖੇਲ ਚੱਲਦਾ ਹੈ ਦਿਨ ਦੇ ਸਮੇਂ, ਇਸ ਦੇਸ਼ ਨੂੰ ਕੂੜ ਕਿਹਾ ਜਾਂਦਾ ਹੈ। ਸੁਬਹਾ ਤੋਂ ਲੈ ਕੇ ਸ਼ਾਮਾਂ ਤੱਕ ਜਿੱਥੇ ਅਸੀਂ ਰਹਿੰਦੇ, ਇੱਥੋਂ ਦਾ ਮੁਖੀ ਕਾਲ ਨੂੰ ਬਣਾਇਆ, ਮਾਇਆ ਨੂੰ ਬਣਾਇਆ। ਮਹਾਰਾਜ ਕਹਿੰਦੇ ਇੱਥੇ ਕੂੜ ਦਾ ਪਸਾਰਾ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇੱਥੇ ਜੋ ਵੀ ਅਸੀਂ ਦੇਖਦੇ ਹਾਂ, ਇੱਕ ਸੁਪਨੇ ਦੀ ਨਿਆਈ ਕੁਛ ਸਮੇਂ ਤੋਂ ਬਾਅਦ ਖਤਮ ਹੋ ਜਾਂਦਾ ਹੈ, ਬਿੰਸ ਜਾਂਦਾ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਇਸ ਕੂੜ ਦੇ ਰਾਜ ਵਿੱਚ ਸੱਤ ਸੰਗਤ, ਜਿੱਥੇ ਸੱਤ ਦੀ ਭਾਵ ਕਿ ਸੱਚ ਦੀ ਅਤੇ ਨਾਮ ਦੀ ਉਸਤਤ ਹੋਵੇ, ਉਹ ਬੜੇ ਵੱਡੇ ਭਾਗਾਂ ਨਾਲ ਨਸੀਬ ਹੁੰਦੀ ਹੈ। ਤਾਂ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਨੇ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸੱਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਗੁਰਮੁਖ ਪਿਆਰਿਓ, ਇਸ ਮਾਇਆ ਨੇ ਸਾਡੇ ਮਨਾਂ ਨੂੰ ਆਪਦੇ ਵਸ ਕਰ ਲਿਆ, ਦੁਬਧਾ ਦੇ ਰਾਹੀਂ ਬੰਨ ਲਿਆ, ਜਿਸ ਨੂੰ ਮਹਾਰਾਜ ਕਹਿੰਦੇ ਕਿ ਸਭ ਜੱਗ ਕਾਲੇ ਵਸ ਹੈ, ਵਾਧਾ ਦੂਜੇ ਭਾਏ। ਹੁਣ ਜਿੰਨਾ ਚਿਰ ਸਾਨੂੰ ਕੋਈ ਛਡਾਉਣ ਵਾਲਾ ਨਹੀਂ, ਬੰਧਨ ਮੁਕਤ ਕਰਨ ਵਾਲਾ ਨਹੀਂ, ਉਹਨਾਂ ਚਿਰ ਅਸੀਂ ਸਤ ਸੰਗਤ ਦੇ ਵਿੱਚ ਪਹੁੰਚ ਨਹੀਂ ਸਕਦੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਬੰਧਨ ਸਤਿਗੁਰ ਹੀ ਕੱਟ ਸਕਦਾ ਹੈ। ਜਿਨ ਕੇ ਬੰਧਨ ਕਾਟੇ ਸਤਿਗੁਰ, ਤਿੰਨ ਸਾਧ ਸੰਗਤ ਲਿਵ ਲਾਈ। ਸਤਿਗੁਰ ਕਹਿੰਦੇ ਨੇ ਉਸ ਪਰਮਾਤਮਾ ਨੂੰ। ਇਸ ਕਰਕੇ ਗੁਰਮੁਖ ਪਿਆਰਿਓ, ਤੁਹਾਡੇ ਵੀ ਦਰਸ਼ਨ ਕਰਨ ਦੇ ਯੋਗ ਨੇ, ਕਿਉਂਕਿ ਤੁਹਾਡੇ ਉੱਪਰ ਉਸ ਮਾਲਕ ਨੇ ਸ਼ੁਭ ਦ੍ਰਿਸ਼ਟ ਪਾਈ, ਤੁਹਾਡੇ ਬੰਧਨ ਕੱਟੇ, ਕਾਲ ਨੂੰ ਹੁਕਮ ਦਿੱਤਾ ਵੀ ਮੇਰੇ ਬੱਚੇ ਨੇ, ਇਹਨਾਂ ਨੇ ਸਤਸੰਗਤ ਦੇ ਵਿੱਚ ਜਾਣਾ, ਇਸ ਕਰਕੇ ਉਹਨੇ ਕੋਈ ਰੁਕਾਵਟ ਨਹੀਂ ਪਾਈ। ਤਾਂ ਕਰਕੇ ਮਹਾਰਾਜ ਕਹਿੰਦੇ ਨੇ ਵੀ ਪਹਿਲਾਂ ਅਸੀਂ ਉਸ ਪਰਮਾਤਮਾ ਦੀ ਸੰਗਤ ਕਰਦੇ ਹਾਂ, ਬਾਅਦ 'ਚ ਅਸੀਂ ਸਤਸੰਗਤ ਕਰਦੇ ਹਾਂ, ਜਿਸ ਨੂੰ ਮਹਾਰਾਜ ਕਹਿੰਦੇ ਨੇ ਕਿ ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ।
ਜਿਉਂ ਹੀ ਉਹ ਸਾਡੇ ਉੱਪਰ ਸ਼ੁਭ ਦ੍ਰਿਸ਼ਟ ਪਾਉਂਦਾ ਹੈ, ਸਾਡੇ ਬੰਧਨ ਕੱਟ ਦਿੰਦਾ ਹੈ, ਉਦੋਂ ਸਾਨੂੰ ਵਡਭਾਗੀ ਕਹਿੰਦੇ ਨੇ। ਫਿਰ ਇਹ ਕਾਲ ਇਸ ਕਾਰਜ ਦੇ ਵਿੱਚ ਰੁਕਾਵਟ ਨਹੀਂ ਪਾਉਂਦਾ। ਇਸ ਕਰਕੇ ਆਓ ਗੁਰਮੁਖ ਪਿਆਰਿਓ, ਜਿਨ੍ਹਾਂ ਨੂੰ ਉਹ ਪਰਮਾਤਮਾ ਸੰਗਤ ਬਖਸ਼ਿਸ਼ ਕਰ ਦਿੰਦਾ ਹੈ, ਉਹ ਚਾਹੁੰਦਾ ਹੈ ਕਿ ਬੱਚੇ ਮੇਰੇ ਕੋਲ ਆ ਜਾਣ, ਮੈਨੂੰ ਮਿਲ ਲੈਣ, ਸਦਾ ਵਾਸਤੇ ਸੁਖੀ ਹੋ ਜਾਣ। ਕਿਉਂਕਿ ਅਸੀਂ ਜਿਉਂ ਸਤਿਯੁਗ ਤੋਂ ਚੱਲੇ ਹਾਂ, ਸਤਿਯੁਗ ਤ੍ਰੇਤਾ ਦੁਆਪਰ ਕਲਯੁਗ ਹੋ ਗਿਆ, ਆਪਦੇ ਘਰ ਬਾਰ ਨੂੰ ਭੁੱਲ ਗਏ, ਆਪਦੇ ਮਾਤਾ ਪਿਤਾ ਨੂੰ ਭੁੱਲ ਗਏ, ਆਪਣੇ ਆਪ ਨੂੰ ਭੁੱਲ ਗਏ, ਘਰ ਵਾਪਸ ਹੀ ਨਹੀਂ ਗਏ। ਇਸ ਕਰਕੇ ਹੁਣ ਸਤਿਗੁਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਉਹ ਸਾਨੂੰ ਸੰਦੇਸ਼ਾ ਦੇ ਰਹੇ ਨੇ ਕਿ ਮਨ ਪਰਦੇਸੀ ਵੇ ਪਿਆਰੇ ਮੁੜ ਆਓ ਘਰੇ। ਜਿਵੇਂ ਕੋਈ ਬੱਚਾ ਪਰਦੇਸ ਚਲੇ ਜਾਂਦਾ, ਉਹ ਵਾਪਸ ਨਾ ਆਏ ਅਤੇ ਮਾਂ ਪਿਓ ਤਰਲੇ ਕੱਢਦਾ ਵੀ ਪੁੱਤ ਘਰ ਵਾਪਸ ਆ ਜਾ, ਇਸੇ ਤਰ੍ਹਾਂ ਹੁਣ ਸਾਡਾ ਪਿਤਾ ਸਾਨੂੰ ਭੇਜਿਆ ਸੀ ਖੇਡਣ ਵਾਸਤੇ, ਲੇਕਿਨ ਅਸੀਂ ਇੱਥੇ ਉਲਝ ਗਏ, ਭੁੱਲ ਗਏ, ਅਤੇ ਹੁਣ ਗੁਰਮੁਖਾਂ ਦੇ ਰਾਹੀਂ ਭਾਵ ਕੇ ਗੁਰਬਾਣੀ ਦੇ ਰਾਹੀਂ ਸਾਨੂੰ ਸੰਦੇਸ਼ਾ ਭੇਜ ਰਿਹਾ ਪੁੱਤ ਤੁਸੀਂ ਘਰ ਵਾਪਸ ਆ ਜਾਓ। ਕਿਉਂਕਿ ਹੁਣ ਸਾਡੇ ਮਾਤਾ ਪਿਤਾ ਤੋਂ ਸਾਡੀ ਹਾਲਤ ਨਹੀਂ ਦੇਖੀ ਜਾ ਰਹੀ, ਸਾਡੀ ਹਾਲਤ ਇਸ ਬੇਗਾਨੇ ਦੇਸ਼ ਦੇ ਵਿੱਚ ਉਲਝਣ ਕਰਕੇ, ਫਸਣ ਕਰਕੇ, ਇਸ ਨੂੰ ਆਪਦਾ ਸਮਝਣ ਕਰਕੇ ਕੀ ਹੋ ਗਈ? ਨਾਮ ਤੋਂ ਬਿਨਾਂ ਅਸੀਂ ਕਮਲੇ ਹੋ ਗਏ, ਬਿਨ ਨਾਵੇਂ ਜਗ ਕਮਲਾ ਫਿਰੇ, ਅਤੇ ਨਾਮ ਤੋਂ ਬਿਨਾਂ ਸਾਡੇ ਮਨ ਨੂੰ ਅਤੇ ਸਾਡੇ ਮਨ ਦੇ ਤਨ ਨੂੰ ਕੋੜ ਹੋ ਗਿਆ, ਜਿਸ ਨੂੰ ਮਹਾਰਾਜ ਗੁਰਬਾਣੀ ਵੀ ਸਮਝਾਉਂਦੇ ਨੇ ਕਿ ਬਿਨ ਨਾਵੇਂ ਮਨ ਤਨ ਹੈ ਕੁਸ਼ਟੀ ਵਿੱਚ ਨਰਕਾਂ ਵਾਸਾ ਪਾਏਂਦਾ। ਕਹਿੰਦੇ ਨਾਮ ਤੋਂ ਬਿਨਾਂ ਸਾਡਾ ਮਨ ਵੀ ਅਤੇ ਸਾਡਾ ਤਨ ਵੀ ਕੋੜੀ ਹੈ। ਹੁਣ ਦੇਖੋ ਕਿਹੜਾ ਮਾਂ ਪਿਓ ਜਰ ਸਕਦਾ ਆਪਦੇ ਬੱਚੇ ਨੂੰ ਐਸੀ ਹਾਲਤ ਦੇ ਵਿੱਚ। ਇਸ ਕਰਕੇ ਫਿਰ ਉਹ ਦੇਖਦਾ ਵੀ ਇਹਨਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ, ਬਿਨ ਨਾਵੇਂ ਸਭ ਨਕਟੀ ਫਿਰੇ, ਕਹਿੰਦੇ ਇਹਨਾਂ ਦੇ ਨੱਕ ਵੀ ਵੜਤੇ ਨੇ ਕਾਲ ਨੇ, ਬੜਾ ਹਾਸੋਹੀਣਾ ਕਰ ਦਿੱਤਾ। ਇਸ ਕਰਕੇ ਗੁਰਮ ਪਿਆਰੇ ਉਹ ਫਿਰ ਉਹ ਸੋਚਦਾ ਵੀ ਜੇ ਇਸੇ ਤਰ੍ਹਾਂ ਹੀ ਚੱਲਦੇ ਰਹੇ, ਨਾਮ ਨੂੰ ਇਹਨਾਂ ਨੇ ਵਸਾਰੀ ਰੱਖਿਆ ਅਤੇ ਇਹਨਾਂ ਨੂੰ ਮਾਰ ਪਏਗੀ, ਇਹ ਤਾਂ ਹੋਰ ਹੀ ਕਿਤੇ ਲੱਗ ਗਏ ਜਾ ਕੇ। ਜਿਸ ਨੂੰ ਮਹਾਰਾਜ ਗੁਰਬਾਣੀ ਵੀ ਸਮਝਾਉਂਦੇ ਨੇ ਕਿ ਜਿੰਨੀ ਨਾਮ ਵਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਮਪੁਰ ਬੱਧੇ ਮਾਰੀਏ ਜੋ ਸੰਨੀ ਉੱਪਰ ਚੋਰ। ਕਹਿੰਦੇ ਜਿਵੇਂ ਸੰਨ ਲਾਉਂਦਾ ਚੋਰ ਫੜਿਆ ਜਾਂਦਾ ਹੈ, ਉਸ ਨੂੰ ਕੁੱਟ ਪੈਂਦੀ, ਇਸ ਤਰ੍ਹਾਂ ਪਏਗੀ। ਹੁਣ ਗੁਰਮੁਖ ਪਿਆਰਿਓ, ਸੰਗਤ ਵਿੱਚ ਆ ਕੇ ਸਾਨੂੰ ਆਪਾ ਵਿਚਾਰਨ ਦਾ ਮੌਕਾ ਮਿਲਦਾ ਹੈ। ਹੁਣ ਆਪਾਂ ਇਹ ਵਿਚਾਰਨਾ ਹੈ ਵੀ ਸਾਡਾ ਜਿਹੜਾ ਮਨ ਹੈ ਉਹ ਜੋਤ ਸਰੂਪ ਹੈ, ਪ੍ਰਕਾਸ਼ ਰੂਪ ਹੈ, ਸ਼ੀਸ਼ੇ ਵਾਂਗੂ ਸਾਫ਼ ਹੈ। ਸਾਡਾ ਸਾਰਿਆਂ ਦਾ ਘਰ ਨਿੱਜ ਮਹਿਲ ਆ, ਜੋ ਅਸੀਂ ਰੋਜ਼ ਪੜ੍ਹਦੇ ਹਾਂ ਕਿ ਨਿੱਜ ਘਰ ਮਹਿਲ ਪਾਓ ਸੁਖ ਸਹਿਜੇ, ਬੋਰ ਨਾ ਹੋਏਗੋ ਫੇਰ ਆਓ।
ਉਸ ਨੂੰ ਦਸਵਾਂ ਦੁਆਰ ਵੀ ਕਹਿਤਾ ਹੈ, ਦਰਗਾਹ ਵੀ ਕਹਿਤਾ ਹੈ, ਪ੍ਰਲੋਕ ਵੀ ਕਹਿਤਾ ਹੈ। ਅਤੇ ਸਾਡਾ ਮਾਤਾ ਪਿਤਾ ਜੋ ਪਰਮਾਤਮਾ ਹੈ, ਉਹ ਵੀ ਜੋ ਸਰੂਪ ਹੈ, ਪ੍ਰਕਾਸ਼ ਰੂਪ ਹੈ, ਸ਼ੀਸ਼ੇ ਵਾਂਗੂ ਸਾਫ਼ ਹੈ, ਜਿਸ ਨੂੰ ਮਹਾਰਾਜ ਕਹਿੰਦੇ ਸੋ ਤੁਮ ਹੀ ਮੇ ਬਸੇ ਨਿਰੰਤਰ ਨਾਨਕ ਦਰਪਣ ਨਿਆਈ। ਜੋ ਸਾਡੇ ਮਨ ਵਾਸਤੇ ਹੁਕਮ ਹੈ, ਜਿਸ ਨੂੰ ਨਾਮ ਕਿਹਾ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀਓ। ਉਹ ਜੋ ਨਾਮ ਹੈ ਜਿਸ ਨੂੰ ਸ਼ਬਦ ਕਹਿ ਦਿੱਤਾ ਹੈ, ਨਾਦ ਕਹਿ ਦਿੱਤਾ ਹੈ, ਸਹਿਤੁਨ ਕਹਿ ਦਿੱਤਾ ਹੈ, ਇਹ ਸਾਡੇ ਪਿਤਾ ਪਰਮਾਤਮਾ ਦੇ ਮੁੱਖ ਵਿੱਚੋਂ ਪ੍ਰਗਟ ਹੋ ਰਹੀ ਆਵਾਜ਼ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਤੇਰਾ ਮੁੱਖ ਸਹਾਵਾ ਜੀਓ ਸਹਿਜ ਧੁਨ ਬਾਣੀ। ਜਿਹੜਾ ਬੱਚਾ ਮਾਂ ਪਿਓ ਦੇ ਬਚਨ ਨੂੰ ਸੁਣਦਾ ਮੰਨਦਾ, ਉਸ ਨੂੰ ਹੁਕਮ ਵਿੱਚ ਅਤੇ ਆਗਿਆਕਾਰੀ ਮੰਨਿਆ ਜਾਂਦਾ। ਇਸੇ ਤਰ੍ਹਾਂ ਜੇ ਸਾਡਾ ਮਨ ਇਸ ਨਾਮ ਨੂੰ ਸੁਣਦਾ ਹੀ ਨਹੀਂ, ਸ਼ਬਦ ਨੂੰ ਸੁਣਦਾ ਹੀ ਨਹੀਂ, ਭੁੱਲ ਗਿਆ, ਤਾਂ ਫਿਰ ਅਸੀਂ ਹੁਕਮ ਤੋਂ ਬਾਹਰ ਹੋ ਗਏ। ਅਤੇ ਹੁਕਮ ਤੋਂ ਬਾਹਰ ਅਸੀਂ ਜੋ ਵੀ ਕਰਦੇ ਹਾਂ, ਇਸ ਲੋਕ ਦੇ ਵਿੱਚ ਉਸਨੂੰ ਅਪਰਾਧ ਕਿਹਾ ਜਾਂਦਾ ਹੈ, ਪਰਲੋਕ ਦੇ ਵਿੱਚ ਉਸਨੂੰ ਪਾਪ ਕਿਹਾ ਜਾਂਦਾ ਹੈ। ਇਸ ਕਰਕੇ ਜੇ ਸੰਸਾਰ ਦੇ ਕਾਨੂੰਨ ਦੇ ਉਲਟ ਅਸੀਂ ਕੁਛ ਕਰੀਏ, ਸਾਨੂੰ ਉਹਦੀ ਸਜ਼ਾ ਮਿਲਦੀ ਹੈ। ਜੇਕਰ ਅਸੀਂ ਉਸ ਨਾਮ ਤੋਂ ਆਕੀ ਹੋ ਕੇ ਜੋ ਵੀ ਕਰਾਂਗੇ, ਉਸ ਨੂੰ ਪਾਪ ਕਿਹਾ ਜਾਂਦਾ ਹੈ। ਇਸ ਕਰਕੇ ਗੁਰਮ ਪਿਆਰਿਓ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਜੇਕਰ ਆਪਾਂ ਨੂੰ ਇਹ ਨਾਮ ਨਹੀਂ ਸੁਣਦਾ, ਅੰਮ੍ਰਿਤ ਨਹੀਂ ਆਉਂਦਾ, ਸੱਚ ਨੂੰ ਅਸੀਂ ਦੇਖਿਆ ਨਹੀਂ, ਪਰਮਾਤਮਾ ਨੂੰ ਜਾਣਦੇ ਨਹੀਂ, ਨਿਜ ਮਹਿਲ ਦਾ ਭੇਤ ਨਹੀਂ, ਅਸੀਂ ਜੋ ਵੀ ਕਰ ਰਹੇ ਹਾਂ ਉਹ ਕਿਸੇ ਲੇਖੇ ਵਿੱਚ ਨਹੀਂ। ਚਾਹੇ ਅਸੀਂ ਕਿੰਨਾ ਮਰਜ਼ੀ ਪੁੰਨ ਕਰੀਏ, ਦਾਨ ਕਰੀਏ, ਉਹਦਾ ਸਾਨੂੰ ਉਲਟਾ ਲੇਖਾ ਦੇਣਾ ਪਏਗਾ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ, ਅਤੇ ਧਰਮ ਰਾਏ ਲੇਖਾ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਪੁੱਤ ਤੁਸੀਂ ਜਾਗੋ, ਜਾਗ ਕੇ ਆਪ ਕਰੋ ਜੋ ਕਰਨਾ, ਤੁਸੀਂ ਤਾਂ ਸੁੱਤੇ ਹੋਏ ਸੁਪਨਾ ਦੇਖ ਰਹੇ ਹੋ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਇਹ ਜੱਗ ਸੁਪਨਾ ਬਾਜੀ ਬਣੀ। ਹੁਣ ਗੁਰਮੁਖ ਪਿਆਰਿਓ, ਸੁੱਤੇ ਹੋਏ ਮਨ ਨੂੰ ਜਗਾਉਣ ਦਾ ਤਰੀਕਾ ਹੈ ਸਿਮਰਨ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਜਦੋਂ ਅਸੀਂ ਸਿਮਰਨ ਕਰਾਂਗੇ ਫਿਰ ਸਾਡਾ ਮਨ ਜਾਗੇਗਾ। ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਹੁਣ ਜਿਹੜਾ ਸਿਮਰਨ ਹੈ ਅਸੀਂ ਕਿਸ ਤਰੀਕੇ ਨਾਲ ਕਰਨਾ, ਉਹ ਅਸੀਂ ਸਵਾਸ ਗ੍ਰਾਸ ਕਰਨਾ। ਕਿਉਂਕਿ ਜੋ ਅਸੀਂ ਦ੍ਰਿਸ਼ਟ ਮਨ ਦੇਖ ਰਹੇ ਹਾਂ ਨਾ, ਆਕਾਰ ਦੇਖ ਰਹੇ ਹਾਂ, ਇਹ ਤਾਂ ਸਾਰਾ ਝੂਠ ਹੈ, ਕੂੜ ਹੈ। ਜਦੋਂ ਅਸੀਂ ਅੱਖਾਂ ਬੰਦ ਕਰ ਲਾਂਗੇ ਇਸ ਦੇ ਨਾਲੋਂ ਸਾਡਾ ਸੰਬੰਧ ਟੁੱਟ ਜਾਏਗਾ, ਇਹ ਸਾਨੂੰ ਦਿਸਣਾ ਹਟ ਜਾਏਗਾ। ਇਸ ਨੂੰ ਦ੍ਰਿਸ਼ਟ ਮਨ ਮਾਇਆ ਕਹਿ ਦਿੱਤਾ। ਫਿਰ ਜਦੋਂ ਅਸੀਂ ਅੱਖਾਂ ਬੰਦ ਕਰਾਂਗੇ ਸਾਡੇ ਅੰਦਰ ਇਸ ਦ੍ਰਿਸ਼ਟ ਮਨ ਦੇ ਵਿਚਾਰ ਚੱਲਣਗੇ, ਉਸ ਨੂੰ ਸੂਹ ਮਾਇਆ ਕਹਿ ਦਿੱਤਾ। ਇਸ ਕਰਕੇ ਆਪਾਂ ਕੀ ਕਰਨਾ ਹੈ, ਅੱਖਾਂ ਬੰਦ ਕਰਕੇ ਅੰਦਰ ਨੂੰ ਜਾਂਦੇ ਸਵਾਸ ਨਾਲ ਵਾਹੇ ਬੋਲ ਕੇ ਸੁਣਨਾ,
ਅਤੇ ਆਪਦੀ ਆਵਾਜ਼ ਨੂੰ ਸੁਣਦਿਆਂ ਹੋਇਆਂ ਨਾਭੀ ਤੱਕ ਜਾਣਾ, ਉੱਥੋਂ ਤੱਕ ਪਹੁੰਚ ਜਾਂਦੀ ਹੈ। ਜਿੱਥੇ ਇਹ ਪਹੁੰਚ ਜਾਂਦੀ ਹੈ ਇਸ ਨੂੰ ਗੁਫਾ ਕਹਿੰਦੇ ਨੇ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਹੁਣ ਦੇਖੋ ਸਵਾਸ ਆਪਣੀ ਨਾਭੀ ਤੱਕ ਗਿਆ, ਉੱਥੋਂ ਵਾਪਸ ਆ ਗਿਆ, ਅੰਦਰ ਗਏ ਨੂੰ ਸਾਸ ਕਹਿਤਾ, ਬਾਹਰ ਨੂੰ ਆਉਂਦੇ ਨੂੰ ਗਰਾਸ ਕਹਿਤਾ। ਆਪਾਂ ਹੁਣ ਕੀ ਕਰਨਾ? ਵਾਹੇ ਬੋਲਦਿਆਂ ਹੋਇਆਂ ਆਪਦੀ ਆਵਾਜ਼ ਨੂੰ ਸੁਣਦਿਆਂ ਪੂਰਾ ਅੰਤਰਗਤ ਜਾਣਾ, ਵਾਹ ਉੱਪਰ ਨੂੰ ਗੁਰੂ ਬੋਲੀ ਜਾਣਾ, ਸੁਣੀ ਜਾਣਾ ਅਤੇ ਦੇਖਣਾ ਕੀ ਆਇਆ। ਮੈਂ ਅੰਤਰਗਤ ਜਾ ਰਿਹਾ। ਜੇਕਰ ਗੁਰਮੁਖ ਪਿਆਰਿਓ ਅਸੀਂ ਸਿਮਰਨ ਕਰਨ ਦਾ ਤਰੀਕਾ ਸਿੱਖ ਲੈਂਦੇ ਨਾ, ਜਿਸ ਤਰ੍ਹਾਂ ਕੋਈ ਵੀ ਜੀਵ ਖੇਤੀ ਕਰਨੀ ਸਿੱਖ ਲਏ, ਦੁਕਾਨਦਾਰੀ ਕਰਨੀ ਸਿੱਖ ਲਏ, ਵਪਾਰ ਸਿੱਖ ਲਏ, ਕੋਈ ਹੋਰ ਕਿੱਤਾ ਸਿੱਖ ਲਏ, ਉਹਨੂੰ ਸੰਸਾਰ ਦੇ ਵਿੱਚ ਕਿਸੇ ਕੋਲੋਂ ਮੰਗਣਾ ਨਹੀਂ ਪੈਂਦਾ। ਇਸੇ ਤਰ੍ਹਾਂ ਜੇਕਰ ਅਸੀਂ ਸੰਗਤ ਵਿੱਚ ਆ ਕੇ ਪਰਮਾਤਮਾ ਨੂੰ ਯਾਦ ਕਰਨ ਦਾ ਤਰੀਕਾ ਸਿੱਖ ਲਿਆ, ਜਿਵੇਂ ਆਪਾਂ ਸਕੂਲ ਜਾਂਦੇ ਹਾਂ, ਟੀਚਰ ਸਾਹਿਬਾਨ ਆਪਾਂ ਨੂੰ ਪੜ੍ਹਾਉਂਦੇ ਨੇ, ਸਿਖਾਉਂਦੇ ਨੇ, ਆਪਾਂ 35 ਅੱਖਰ ਯਾਦ ਕੀਤੇ, ਦੇਖੋ ਅੱਜ ਕਿੰਨਾ ਫਾਇਦਾ ਹੋ ਗਿਆ, ਹੋਰ ਸਿੱਖਿਆ ਉਹਦਾ ਫਾਇਦਾ ਹੀ ਫਾਇਦਾ। ਇਸੇ ਤਰ੍ਹਾਂ ਹੁਣ ਮਹਾਰਾਜ ਕਹਿੰਦੇ ਨੇ ਕਿ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ। ਕਿਉਂਕਿ ਆਪਾਂ ਗ੍ਰਿਸ਼ਤੀ ਲੋਕ ਹਾਂ, ਸੰਸਾਰ ਦੇ ਵਿੱਚ ਵੀ ਵਿਚਰਨਾ, ਉਹ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ, ਇਸ ਕਰਕੇ ਆਪਾਂ ਕੀ ਕਰਨਾ? ਸੰਗਤ ਵਿੱਚ ਆ ਕੇ ਸਿੱਖ ਕੇ ਫਿਰ ਘਰ ਉਸ ਨੂੰ ਅਭਿਆਸ ਕਰਨਾ, ਉਹਦਾ ਕਮਾਉਣਾ ਉਸ ਸ਼ਬਦ ਨੂੰ। ਠੀਕ ਹੈ ਜੀ, ਪਹਿਲਾਂ ਚੰਗੀ ਤਰ੍ਹਾਂ ਸੁਣ ਲਓ, ਵਾਹਿਗੁਰੂ ਵਾਹਿਗੁਰੂ, ਜਾਂ ਤੁਸੀਂ ਥੋੜ੍ਹਾ ਜਿਹਾ ਐਕਸਰਸਾਈਜ਼ ਦਾ ਆਸਰਾ ਲੈ ਲਓ। ਜਦੋਂ ਵਾਹੇ ਕਹਿਣਾ ਮਾੜਾ ਜਿਹਾ ਪੇਟ ਨੂੰ ਪਿੱਛੇ ਨੂੰ ਕਰਨਾ, ਇਸ ਤਰ੍ਹਾਂ ਮਹਿਸੂਸ ਕਰਨਾ ਵੀ ਤੁਸੀਂ ਉਹਦੇ ਉੱਪਰ ਵਾਹੇ ਦੀ ਚੋਟ ਲਾ ਰਹੇ ਹੋ। ਵਾਹਿਗੁਰੂ ਗੁਰੂ ਦੇ ਪੇਟ ਨੂੰ ਛੱਡ ਦੇਣਾ, ਸਵਾਸ ਨੂੰ ਸੁਣਨਾ ਆਪਦੀ ਆਵਾਜ਼ ਨੂੰ, ਬਸ ਉਹ ਐਕਸਰਸਾਈਜ਼ ਦਾ ਆਸਰਾ ਇਸ ਕਰਕੇ ਲੈਣਾ ਆਪਾਂ ਕਿ ਧਿਆਨ ਪੂਰਾ ਅੰਤਰਗਤ ਜਾਣਾ ਸ਼ੁਰੂ ਹੋ ਜਾਵੇ, ਕਿਉਂਕਿ ਅਸੀਂ ਬਾਹਰ ਮੁਖੀ ਹੋ ਚੁੱਕੇ। ਇਸ ਕਰਕੇ ਤੁਹਾਡੀਆਂ ਅੱਖਾਂ ਵੀ ਖੁੱਲ੍ਹਣਗੀਆਂ, ਤੁਸੀਂ ਅੱਖਾਂ ਨਹੀਂ ਖੋਲ੍ਹਣੀਆਂ, ਇਸ ਚੀਜ਼ ਦਾ ਖਿਆਲ ਰੱਖਣਾ। ਕਈ ਵਾਰੀ ਵਿਚਾਰ ਇੰਨੇ ਵਧੇ ਹੁੰਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਅੱਖਾਂ ਖੁੱਲ੍ਹ ਜਾਂਦੀਆਂ। ਠੀਕ ਹੈ ਜੀ, ਅੱਖਾਂ ਬੰਦ ਰੱਖਣੀਆਂ। ਆਓ ਸ਼ਾਬਾਸ਼ ਕਰੋ ਜੀ ਸ਼ੁਰੂ, ਵਾਹਿਗੁਰੂ 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 ਵਾਹਿਗੁਰੂ
ਵਾਹ ਕਿਰ 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 ਵਾਹ ਕਿਰ
ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਬਾਸ਼, ਧੰਨ ਹੋ ਗੁਰਮੁਖ ਪਿਆਰਿਓ। ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ, ਸਾਧ ਸੰਗ ਰੰਗ ਪ੍ਰਭ ਧਿਆਇਆ, ਕਹੋ ਨਾਨਕ ਤਿੰਨ ਪੂਰਾ ਪਾਇਆ। ਜਦੋਂ ਅਸੀਂ ਸਤਸੰਗਤ ਦੇ ਵਿੱਚ ਆ ਕੇ ਖੇਲ ਸਮਝਦੇ ਹਾਂ, ਸਿਮਰਨ ਕਰਦੇ ਹਾਂ, ਮਹਾਰਾਜ ਕਹਿੰਦੇ ਫਿਰ ਸਾਡੇ ਅੰਦਰ ਉਸ ਮਾਲਕ ਨੂੰ ਮਿਲਣ ਦੀ ਤੜਫ ਪੈਦਾ ਹੁੰਦੀ ਹੈ।
ਸਾਧ ਸੰਗਤ ਬਿਨ ਭਉ ਨਹੀਂ ਉਪਜੇ, ਭਾਉ ਬਿਨ ਭਗਤ ਨਾ ਹੋਏ ਤੇਰੀ। ਇਸ ਕਰਕੇ ਗੁਰਮੁਖ ਪਿਆਰਿਓ, ਆਪਣਾ ਜੋ ਹੁਣ ਇਸ ਮਾਨਸ ਜਾਮੇ ਦਾ ਮਨੋਰਥ ਹੈ ਉਹ ਹੈ ਪਰਮਾਤਮਾ ਨੂੰ ਮਿਲਣਾ। ਜਿਵੇਂ ਬੱਚੇ ਪੜ੍ਹਦੇ ਨੇ, ਉਹ ਕਹਿੰਦੇ ਜੀ ਸਾਡਾ ਏਮ ਹੈ ਅਸੀਂ ਡਾਕਟਰ ਬਣਨਾ, ਅਸੀਂ ਇੰਜੀਨੀਅਰ ਬਣਨਾ। ਇਸੇ ਤਰ੍ਹਾਂ ਹੁਣ ਸਤਿਗੁਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਮਝਾ ਰਹੀ ਕਿ ਪੁੱਤ ਤੁਹਾਡਾ ਇੱਕੋ ਹੀ ਮਕਸਦ ਹੈ, ਬਸ ਭਈ ਪ੍ਰਾਪਤ ਮਾਨੁੱਖ ਦਿਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿਉਂਕਿ ਪੁੱਤ ਜੇ ਤੂੰ ਨਾਮ ਦੇ ਨਾਲ ਪਿਆਰ ਪਾਏਗਾ, ਇਸ ਨਾਮ ਦੇ ਰਾਹੀਂ ਹੀ ਤੂੰ ਭਾਵ ਸਾਗਰ ਤੋਂ ਪਾਰ ਜਾ ਸਕਦਾ, ਹੋਰ ਕੋਈ ਹੱਲ ਨਹੀਂ। ਇਸ ਕਰਕੇ ਜਿਵੇਂ ਹੁਣ ਤੁਸੀਂ ਸਿਮਰਨ ਕਰ ਰਹੇ ਸੀ, ਜਿਵੇਂ ਜਿਵੇਂ ਅਭਿਆਸ ਕਰੋਗੇ ਐਸਾ ਆਨੰਦ ਆਏਗਾ ਜਿਸ ਨੂੰ ਆਪਾਂ ਬਿਆਨ ਨਹੀਂ ਕਰ ਸਕਦੇ। ਮਹਾਰਾਜ ਸਾਨੂੰ ਗੁਰਬਾਣੀ ਵੀ ਸਮਝਾਉਂਦੇ ਨੇ, ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤਰਪੀਏ। ਕਹਿੰਦੇ ਪੁੱਤ ਅੰਮ੍ਰਿਤ ਮਿਲੇਗਾ ਪੀਣ ਨੂੰ, ਜਿਸ ਅੰਮ੍ਰਿਤ ਦੀ ਖਾਤਰ ਦੇਵੀ ਦੇਵਤੇ ਰਾਕਸ਼ਸ ਆਪਸ ਮੇਂ ਲੜਦੇ ਰਹੇ, ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਨੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਕਹਿੰਦੇ ਹੁਣ ਗੁਰੂ ਤੋਂ ਉਹ ਅੰਮ੍ਰਿਤ ਕਿਵੇਂ ਮਿਲਿਆ? ਕਹਿੰਦੇ ਉਹਨੇ ਕਿਰਪਾ ਕਰਕੇ ਸਾਨੂੰ ਅਕਥ ਕਹਾਣੀ ਸਮਝਾਈ, ਸੱਚ ਦ੍ਰਿੜ ਕਰਾਇਆ। ਜਿਵੇਂ ਮਹਾਰਾਜ ਕਹਿੰਦੇ ਸੋ ਗੁਰ ਕਰੋ ਜੇ ਸਾਚ ਦ੍ਰਿੜਾਏ, ਅਕਥ ਕਥਾਏ ਸ਼ਬਦ ਮਿਲਾਏ। ਫਿਰ ਮਹਾਰਾਜ ਗੁਰਬਾਣੀ ਵੀ ਸਮਝਾਉਂਦੇ, ਕਹਿੰਦੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜਿਉਂ ਹੀ ਉਹ ਮਾਲਕ ਸਾਡੇ ਮਨ 'ਚ ਵਸੇਗਾ, ਸਾਨੂੰ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਏਗਾ। ਜਿਵੇਂ ਜਿਵੇਂ ਆਪਾਂ ਉਸ ਅੰਮ੍ਰਿਤ ਨੂੰ ਪੀਵਾਂਗੇ, ਸਹਿਜ ਵਿੱਚ ਤੁਰੇ ਚੱਲਾਂਗੇ, ਆਨੰਦ ਦੀ ਅਵਸਥਾ ਹੋ ਜਾਏਗੀ। ਇਸ ਕਰਕੇ ਗੁਰਮ ਪਿਆਰਿਓ, ਜਿਹੜਾ ਇਹ ਜਨਮ ਹੈ ਨਾ, ਇਹ ਤਾਂ ਆਪਾਂ ਨੂੰ ਆਨੰਦ ਲੈਣ ਵਾਸਤੇ ਮਿਲਿਆ, ਸੁੱਖ ਲੈਣ ਵਾਸਤੇ ਮਿਲਿਆ, ਖੁਸ਼ ਰਹਿਣ ਵਾਸਤੇ ਮਿਲਿਆ। ਜੇਕਰ ਅਸੀਂ ਇਸ ਜਨਮ ਦੇ ਵਿੱਚ ਹੁੰਦਿਆਂ ਹੋਇਆਂ ਦੁਖੀ ਹਾਂ, ਸਾਡੇ ਅੰਦਰ ਦੁਬਦਾ ਹੈ, ਅਸੀਂ ਕਿਸੇ ਗੱਲ ਤੋਂ ਤੰਗ ਹਾਂ ਜਾਂ ਸਾਨੂੰ ਕੋਈ ਅੱਛਾ ਨਹੀਂ ਲੱਗਦਾ, ਇਸ ਦਾ ਮਤਲਬ ਕਿ ਸਾਡਾ ਮਨ ਸੋਤਾ ਹੋਇਆ, ਅਸੀਂ ਖੇਲ ਨਹੀਂ ਸਮਝਿਆ। ਮਹਾਰਾਜ ਸਾਨੂੰ ਕੀ ਸਮਝਾਉਂਦੇ ਨੇ? ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਅਤੇ ਨਾਮ ਹੁਣ ਆਪਾਂ ਸਮਝ ਲਿਆ ਵੀ ਪਰਮਾਤਮਾ ਦੇ ਮੁੱਖ ਵਿੱਚੋਂ ਪ੍ਰਗਟ ਹੋ ਰਹੀ ਆਵਾਜ਼ ਹੈ, ਜੋ ਕਿ ਇੱਕ ਸੰਗੀਤਕ ਧੁਨ ਦੇ ਰੂਪ ਵਿੱਚ ਸਾਡੇ ਅੰਦਰ ਮੌਜੂਦ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਹੁਣ ਮਹਾਰਾਜ ਕਹਿੰਦੇ ਪੁੱਤ ਇਸ ਸਰੀਰ ਨੂੰ ਫਿਰ ਖੋਜੋ,
ਗੁਰਮੁਖ ਹੋਏ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਅਤੇ ਹੁਣ ਇਸ ਸਰੀਰ ਨੂੰ, ਇਸ ਕਾਇਆ ਨੂੰ ਖੋਜਣ ਦਾ ਤਰੀਕਾ ਗੁਰੂ ਦਾ ਸ਼ਬਦ। ਮਹਾਰਾਜ ਕੀ ਸਮਝਾਉਂਦੇ? ਕਹਿੰਦੇ ਗੁਰ ਸ਼ਬਦ ਦੀ ਕਾਇਆ ਖੋਜੀਏ, ਨਾਉ ਨਵ ਨਿਧ ਪਾਏ। ਕਹਿੰਦੇ ਪੁੱਤ ਖਜ਼ਾਨਾ ਮਿਲੇਗਾ, ਐਸਾ ਖਜ਼ਾਨਾ ਜਿਸ ਦੀ ਪਰਥਾਈ ਖੋਲ੍ਹ ਕੇ ਸਮਝਾਉਂਦੇ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਵਜਾਈਆਂ। ਲੇਕਿਨ ਨਾ ਸਕੂਲ ਆਉਣ ਕਰਕੇ, ਨਾ ਸੰਗਤ 'ਚ ਆਉਣ ਕਰਕੇ ਅਸੀਂ ਇਸ ਤੋਂ ਵਾਂਝੇ ਹੋ ਜਾਂਦੇ, ਭੇਤ ਨਹੀਂ ਲੱਗਦਾ ਸਾਨੂੰ, ਜਿਸ ਕਰਕੇ ਪਾਉਣ ਦਾ ਸੰਤੁਲਨ ਵਿਗੜ ਜਾਂਦਾ, ਨਾਮ ਨਾਲੋਂ ਅਸੀਂ ਟੁੱਟ ਜਾਂਦੇ ਅਤੇ ਸਾਡਾ ਮਨ ਦੁਖੀ ਹੋ ਜਾਂਦਾ ਹੈ। ਉਦੋਂ ਫਿਰ ਇਹਨਾਂ ਤ੍ਰੈ ਗੁਣਾਂ ਦੇ ਵਿੱਚ ਆ ਜਾਂਦਾ, ਕਦੇ ਰਜੋ ਗੁਣ ਕਦੇ ਤਮੋ ਗੁਣ ਇੱਥੇ ਘੁੰਮਦਾ ਹੈ। ਜਦੋਂ ਅਸੀਂ ਰਜੋ ਗੁਣ 'ਤੇ ਹੁੰਦੇ ਉਦੋਂ ਸਾਡੇ ਅੰਦਰ ਤ੍ਰਿਸ਼ਨਾ, ਵਾਸ਼ਨਾ, ਸੰਸੇ, ਵਹਿਮ, ਫਿਕਰ, ਕਿਉਂਕਿ ਖੱਬੇ ਪਾਸੇ ਧਿਆਨ ਚਲਾ ਗਿਆ, ਇਹਨੂੰ ਅਗਨ ਸਾਗਰ ਕਹਿੰਦੇ ਨੇ। ਫਿਰ ਅੱਗੇ ਆ ਗਿਆ ਬਿਖ ਸਾਗਰ, ਜ਼ਹਿਰ ਦਾ ਭਰਿਆ ਸਾਗਰ ਤਮੋ ਗੁਣ। ਉੱਥੇ ਈਰਖਾ, ਨਿੰਦਿਆ, ਚੁਗਲੀ, ਦਵੈਤ, ਇਹ ਪੰਜੇ ਜਾਣੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇੱਥੇ ਫਿਰ ਅਸੀਂ ਐਂ ਭੁੜਕਦੇ ਹਾਂ ਵੀ ਜਿਵੇਂ ਕਿਸੇ ਜੀਵ ਦੇ ਪੈਰਾਂ ਥੱਲੇ ਅੱਗ ਬਾਲ ਦਈਏ ਅਤੇ ਉਹ ਭੁੜਕਦਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਸਾਡਾ ਜਿਹੜਾ ਨਿੱਜ ਮਹਿਲ ਹੈ, ਥਿਰ ਘਰ ਹੈ, ਉੱਥੇ ਸੁੱਖ ਹੀ ਸੁੱਖ ਆ, ਦੁੱਖ ਹੈ ਹੀ ਨਹੀਂ। ਅਤੇ ਇਸ ਕਾਲ ਨੇ ਕੀ ਕੀਤਾ ਹੈ ਵੀ ਉਹਦੀ ਨਕਲ ਕਰਕੇ ਸਾਨੂੰ ਮਹਿਲ ਬਣਾਤਾ ਇੱਥੇ, ਜਿਸ ਨੂੰ ਮਹਾਰਾਜ ਕਹਿੰਦੇ ਤ੍ਰੈਣ ਕੋ ਮੰਦਰ ਸਾਜ ਸਵਾਰਿਓ, ਭਾਵਕ ਤਲੇ ਜਲਾਵਤ ਹੈ, ਐਸੇ ਗੜ ਮੇਂ ਹੇਠ ਹਠੀਲੋ, ਫੂਲ ਫੂਲ ਕਿਆ ਪਾਵਤ ਹੈ। ਇੱਕ ਅੱਖਾਂ ਕਾਨਿਆਂ ਦਾ ਮੰਦਰ ਬਣਾ ਕੇ ਸਾਨੂੰ ਉੱਤੇ ਬਿਠਾ ਕੇ ਅਤੇ ਥੱਲੋਂ ਅੱਗ ਲਾ ਦੀ ਹੈ, ਕਦੇ ਪਰਿਵਾਰ ਦੀ ਅਗਨ ਸਾਨੂੰ ਜਲਦੀ ਹੈ, ਕਦੇ ਸੰਸਾਰ ਦੀ। ਮਹਾਰਾਜ ਕਹਿੰਦੇ ਅਗਨ ਕਟੰਬ ਸਾਗਰ, ਸੰਸਾਰ ਭਰਮ ਮੋਹ ਅਗਿਆਨ ਅੰਧਾਰ। ਕਹਿੰਦੇ ਅਗਿਆਨਤਾ ਦੇ ਵਿੱਚ ਹੋਣ ਕਰਕੇ ਮੋਹ ਦੀ ਫਾਈ ਸਾਡੇ ਗਲ 'ਚ ਪੈ ਜਾਂਦੀ ਹੈ, ਜਿਸ ਕਰਕੇ ਅਸੀਂ ਦੁਖੀ ਹੁੰਦੇ। ਹੁਣ ਗੁਰਮੁਖ ਪਿਆਰਿਓ, ਫਿਰ ਮਹਾਰਾਜ ਕਹਿੰਦੇ ਹੋਰ ਅਗਿਆਨਤਾ ਵਿੱਚ ਚਲੇ ਜਾਈਏ ਅਤੇ ਅਸੀਂ ਇੱਥੇ ਅਗਨ ਦੀਆਂ ਚਾਰ ਨਦੀਆਂ ਨੇ, ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਕਹਿੰਦੇ ਫਿਰ ਇਹਨਾਂ 'ਚ ਸਾਡਾ ਮਨ ਗੋਤੇ ਖਾਂਦਾ, ਦੁਖੀ ਹੁੰਦਾ। ਸੋ ਕਹਿਣ ਤੋਂ ਭਾਵ ਜਦੋਂ ਸਾਨੂੰ ਸੰਗਤ ਮਿਲਦੀ ਫਿਰ ਇੱਥੋਂ ਅਸੀਂ ਸੁੱਖ ਸਾਗਰ ਨੂੰ ਚੱਲਦੇ, ਸਤੋ ਗੁਣ ਨੂੰ ਸਿਮਰਨ ਕਰਕੇ। ਇਸ ਰਸਤੇ 'ਤੇ ਜਿਵੇਂ ਹੁਣ ਤੁਸੀਂ ਸਿਮਰਨ ਕਰਦੇ ਹੋ, ਇਸ ਤ੍ਰਿਲੋਕੀ ਤੋਂ ਉੱਪਰ ਨੂੰ ਉੱਠ ਰਹੇ ਹੋ, ਵਾਹਿਗੁਰੂ ਵਾਹਿਗੁਰੂ। ਲੇਕਿਨ ਹੁਣ ਜਿਹੜੇ ਇੱਥੋਂ ਦੇ ਲੋਕ ਨੇ, ਇਹ ਪੰਜੇ ਜਾਣੇ, ਇਹਨਾਂ ਤੁਹਾਨੂੰ ਫਿਰ ਇੱਥੋਂ ਪਕੜ ਕੇ ਪਾਸੇ ਲੈ ਜਾਣਾ। ਕਦੇ ਕਾਮ ਨੇ, ਕਦੇ ਕ੍ਰੋਧ ਨੇ, ਕਦੇ ਲੋਭ ਨੇ, ਕਦੇ ਮੋਹ ਨੇ, ਕਦੇ ਹੰਕਾਰ ਨੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਤੁਸੀਂ ਗੁਰਮੰਤਰ ਦੀ ਧੁਨ ਤੋਂ ਧਿਆਨ ਨੂੰ ਪਾਸੇ ਨਹੀਂ ਜਾਣ ਦੇਣਾ, ਫਿਰ ਉੱਪਰ ਚੜ੍ਹ ਸਕੋਗੇ। ਮਹਾਰਾਜ ਸਾਨੂੰ ਗੁਰਬਾਣੀ 'ਚ ਕਹਿੰਦੇ ਨੇ, ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ।
ਕਹਿੰਦੇ ਤੁਸੀਂ ਵੱਡੇ ਭਾਗਾਂ ਵਾਲੇ ਚੜ ਰਹੇ ਹੋ ਤੇ ਲੇਕਿਨ ਗੁਰੂ ਦੀ ਮੱਤ ਦੁਆਰਾ ਚੱਲਿਆ ਜੀ ਅੱਗੇ। ਇਸ ਕਰਕੇ ਆਪਾਂ ਨੂੰ ਹੁਣ ਮਹਾਰਾਜ ਫਿਰ ਸਮਝਾਉਂਦੇ ਪੁੱਤ ਕਿਵੇਂ ਚੜ੍ਹਨਾ, ਤੁਹਾਨੂੰ ਗਿਆਨ ਹੋਣਾ ਚਾਹੀਦਾ। ਕਹਿੰਦੇ ਜਿਹੜਾ ਇਹ ਸਰੀਰ ਹੈ ਤੇ ਸਾਡਾ ਹੈ ਹੀ ਨਹੀਂ, ਇਹ ਸਰੀਰ ਸਭ ਮੂਲ ਹੈ ਮਾਇਆ, ਤੇ ਆਹ ਦੇਸ਼ ਵੀ ਨਹੀਂ ਸਾਡਾ, ਜੋ ਕੁਛ ਅਸੀਂ ਇੱਥੇ ਦੇਖਦੇ ਤੇ ਸਾਡਾ ਕੁਛ ਹੈ ਹੀ ਨਹੀਂ। ਰੇ ਮਨ ਤੇਰੋ ਕੋਏ ਨਹੀਂ, ਕੋਈ ਪਰਿਵਾਰ ਸੰਸਾਰ ਕੁਛ ਵੀ ਨਹੀਂ ਸਾਡਾ ਇੱਥੇ। ਖਿੰਚ ਲੇ ਜਿਨ ਭਾਰ, ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ। ਕਹਿੰਦੇ ਪੁੱਤ ਇੱਥੇ ਸਿਰਫ ਵਿਚਾਰਾਂ ਦਾ ਖੇਲ ਆ, ਜੇ ਵਿਚਾਰ ਮਿਲਦੇ ਤਾਂ ਪਿਓ ਪੁੱਤ ਨੇ ਨਹੀਂ ਤਾਂ ਅੱਡ ਹੋ ਜਾਂਦੇ ਨੇ, ਜੇ ਵਿਚਾਰ ਮਿਲਦੇ ਨੇ ਤਾਂ ਭਰਾ ਭਰਾ ਨੇ ਨਹੀਂ ਤਾਂ ਅੱਡ ਹੋ ਜਾਂਦੇ ਨੇ, ਜੇ ਵਿਚਾਰ ਮਿਲਦੇ ਤਾਂ ਪਤੀ ਪਤਨੀ ਨਹੀਂ ਤਾਂ ਤਲਾਕ ਹੋ ਜਾਂਦਾ, ਕੇਸ ਚੱਲ ਪੈਂਦੇ ਨੇ। ਅਤੇ ਇਹ ਵਿਚਾਰਾਂ ਦਾ ਖੇਲ ਸਾਨੂੰ ਸਤਸੰਗਤ ਦੇ ਵਿੱਚ ਜਾ ਕੇ ਭੇਤ ਲੱਗਦਾ, ਇਹ ਸੰਸਾਰ ਦੀ ਪੜ੍ਹਾਈ ਦੇ ਵਿੱਚ ਹੈ ਹੀ ਨਹੀਂ। ਇਸ ਕਰਕੇ ਗੁਰੂ ਪਿਆਰਿਓ, ਇਹ ਜਿਹੜੇ ਸਾਡੇ ਅੰਦਰ ਬੈਠੇ ਨਾ ਪੰਜੇ ਜਣੇ, ਇਹ ਸਾਨੂੰ ਵਿਚਾਰ ਦਿੰਦੇ ਨੇ, ਅਤੇ ਹੁਣ ਤੁਸੀਂ ਜਦੋਂ ਇਸ ਰਸਤੇ 'ਤੇ ਚੱਲਣਾ, ਇਹ ਵਿਚਾਰ ਬਹੁਤ ਦੇਣਗੇ ਤੁਹਾਨੂੰ। ਮਹਾਰਾਜ ਕਹਿੰਦੇ ਵੀ ਹੁਣ ਤੁਸੀਂ ਇਸ ਗੱਲ ਨੂੰ ਮਨ 'ਚ ਵਸਾ ਲਓ, ਜਿੰਨਾ ਚਿਰ ਤੁਹਾਡੇ ਸਵਾਸ ਨੇ, ਜਿੰਨਾ ਚਿਰ ਇਹ ਸਵਾਸ ਪਰਮਾਤਮਾ ਤੁਹਾਨੂੰ ਦੇ ਰਿਹਾ ਹੈ, ਉਨਾ ਚਿਰ ਤੁਹਾਡਾ ਰਾਖਾ ਉਹ ਆਪ ਹੈ। ਜਾਂ ਕਿ ਸਾਸ ਨਾ ਕੱਢ ਤਾਂ ਆਪ, ਤਾਂ ਕੋ ਰਾਖਤ ਦੇ ਕਰ ਹਾਲ। ਕਹਿੰਦੇ ਸਾਰੇ ਸੰਸੇ ਛੱਡ ਦਿਓ, ਤੁਸੀਂ ਨਾ ਚਿੰਤਾ ਕਰੋ ਕਿਸੇ ਗੱਲ ਦੀ, ਜੇ ਸਵਾਸ ਆਏਗਾ ਤਾਂ ਫਿਰ ਹੀ ਰੋਟੀ ਖਾਓਗੇ ਨਾ, ਅਤੇ ਸਵਾਸ ਦੇਣ ਵਾਲਾ ਪਰਮਾਤਮਾ, ਨਾ ਬੱਚਾ ਦੇ ਸਕਦਾ ਨਾ ਮਾਂ ਪਿਓ ਦੇ ਸਕਦਾ। ਇਸ ਕਰਕੇ ਫਿਰ ਉਹਨਾਂ ਨੇ ਦੇਖਿਆ ਵੀ ਜੀਵਾਂ ਦੇ ਮਨ ਜ਼ਿਆਦਾ ਗਿਆਨਤਾ ਵਿੱਚ ਚਲੇ ਗਏ, ਭਰਮ ਵਿੱਚ ਚਲੇ ਗਏ। ਫਿਰ ਸਾਨੂੰ ਜਾਨਵਰਾਂ ਦੀਆਂ ਧਾਰਨਾ ਦਿੱਤੀਆਂ ਵੀ ਦੇਖੋ ਪੁੱਤ ਪਾਣੀ ਦੇ ਵਿੱਚ ਜਾਨਵਰ ਨੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੇ, ਜਲ ਮੇ ਜੰਤ ਉਪਾਇਨ ਤਿੰਨਾ ਵੀ ਰੋਜੀ ਦੇ, ਉਹਨਾਂ ਨੂੰ ਦਿੰਦਾ। ਫਿਰ ਮਹਾਰਾਜ ਕਹਿੰਦੇ ਪੁੱਤ ਇੱਕ ਪੱਥਰ ਦੇ ਵਿੱਚ ਕੀੜਾ ਹੈ, ਉਹਨੂੰ ਕਿਸੇ ਪਾਸੇ ਰਸਤਾ ਨਹੀਂ ਜਾਣ ਨੂੰ, ਉੱਥੇ ਉਹਨੂੰ ਸਵਾਸ ਵੀ ਦੇ ਰਿਹਾ, ਧਨ ਦੀ ਖੁਰਾਕ ਵੀ ਦੇ ਰਿਹਾ। ਅਸੀਂ ਰੋਜ਼ ਪੜ੍ਹਦੇ ਹਾਂ, ਸੈਲ ਪੱਥਰ ਮੇਂ ਜੰਤ ਉਪਾਏ, ਤਾਂ ਘਰ ਜੇ ਕਾਕੇ ਘਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਫਿਰ ਸਾਨੂੰ ਮਹਾਰਾਜ ਕਹਿੰਦੇ ਪੁੱਤ ਜਦੋਂ ਤੁਸੀਂ ਮਾਤਾ ਦੇ ਘਰ ਵਿੱਚ ਸੀ, ਤੁਹਾਨੂੰ ਵੀ ਕੋਈ ਰਸਤਾ ਨਹੀਂ ਸੀ ਉੱਥੋਂ, ਤੁਹਾਨੂੰ ਉੱਥੇ ਰਿਜਕ ਦਿੱਤਾ ਪਰਮਾਤਮਾ ਨੇ, ਸਵਾਸ ਦਿੱਤਾ, ਉਸ ਬਲ ਦੀ ਅਗਨ ਦੇ ਵਿੱਚ ਤੁਹਾਨੂੰ ਬਚਾਇਆ। ਇਸ ਕਰਕੇ ਭਗਤ ਧੰਨਾ ਜੀ ਸਾਨੂੰ ਸਮਝਾਉਂਦੇ, ਕਹਿੰਦੇ ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੇਂ ਰਾਖੇ ਐਸਾ ਖਸਮ ਹਮਾਰਾ। ਹੁਣ ਗੁਰਮੁਖ ਪਿਆਰਿਓ, ਜਿੰਨਾ ਚਿਰ ਅਸੀਂ ਇਹਨਾਂ ਤ੍ਰੈ ਗੁਣਾਂ ਤੋਂ ਉੱਪਰ ਨਹੀਂ ਉੱਠਦੇ, ਚੌਥੇ ਪਦ ਦੇ ਵਿੱਚ ਪ੍ਰਵੇਸ਼ ਨਹੀਂ ਕਰਦੇ, ਉਹਨਾਂ ਚਿਰ ਅਸੀਂ ਸੁਖੀ ਨਹੀਂ ਹੋ ਸਕਦੇ। ਜਿੰਨਾ ਚਿਰ ਤੁਹਾਡੇ ਵਿਚਾਰ ਚੱਲਦੇ ਨੇ, ਸੋਚਾਂ ਨੇ, ਫੁਰਨੇ ਨੇ, ਤੁਸੀਂ ਕਾਲ ਦੇ ਦੇਸ਼ ਵਿੱਚ ਹੋ। ਸਿੰਪਲ ਭਾਸ਼ਾ ਵਿੱਚ ਸਮਝ ਲਓ ਵੀ ਜਿੰਨਾ ਚਿਰ ਤੁਹਾਡੇ ਮਨ 'ਚ ਕੋਈ ਵਿਚਾਰ ਚੱਲ ਰਹੇ ਨੇ, ਤੁਸੀਂ ਕਾਲ ਦੇ ਦੇਸ਼ ਵਿੱਚ ਹੋ, ਕਿਉਂਕਿ ਵਿਚਾਰ ਪਾਉਣ ਦਾ ਕਰਕੇ ਹੁੰਦੇ। ਜਿੱਥੋਂ ਤੱਕ ਪਾਉਣ ਦਾ ਸੰਬੰਧ ਹੈ, ਉੱਥੋਂ ਤੱਕ ਮਾਇਆ ਹੈ। ਜਿੱਥੋਂ ਪਾਉਣ ਖਤਮ ਹੋ ਜਾਂਦੀ ਹੈ, ਥੱਲੇ ਨੂੰ ਆ ਜਾਂਦੀ ਹੈ, ਉੱਥੋਂ ਨਾਮ ਸ਼ੁਰੂ ਹੁੰਦਾ।
ਜਿਸ ਨੂੰ ਮਹਾਰਾਜ ਕਹਿੰਦੇ ਨੇ ਕਿ ਪੌਣ ਪਾਣੀ ਅਗਨੀ ਵਿਸਰਾਓ ਤਹੀਂ ਨਿਰੰਜਣ ਸਾਚਾ ਨਾਉ, ਉੱਥੋਂ ਨਾਮ ਸ਼ੁਰੂ ਹੁੰਦਾ। ਇਸ ਕਰਕੇ ਆਪਾਂ ਜਦੋਂ ਇਸ ਤਰ੍ਹਾਂ ਕਰਾਂਗੇ ਨਾ, ਵਾਹ ਗੁਰੂ ਵਾਹ ਗੁਰੂ, ਪੌਣ ਇੰਨੀ ਸਮ ਹੋ ਜਾਏਗੀ ਕਿ ਪੌਣ ਤੋਂ ਆਪਾਂ ਉੱਪਰ ਉੱਠ ਜਾਵਾਂਗੇ, ਦਰ 'ਤੇ ਪਹੁੰਚ ਜਾਵਾਂਗੇ। ਜਦੋਂ ਦਰ 'ਤੇ ਪਹੁੰਚ ਕੇ ਆਪਾਂ ਪੌਣ ਨੂੰ ਛੱਡ ਦਿਆਂਗੇ, ਪਹਿਲਾਂ ਆਪਾਂ ਸੋਨੇ ਸਮਾਵਾਂਗੇ, ਫਿਰ ਹੌਲੀ ਹੌਲੀ ਵਾਰ ਵਾਰ ਜਦੋਂ ਪ੍ਰੈਕਟੀਕਲ ਕਰਾਂਗੇ, ਅਭਿਆਸ ਕਰਾਂਗੇ, ਅਤੇ ਫਿਰ ਉੱਥੇ ਦਰ 'ਤੇ ਬੈਠ ਜਾਵਾਂਗੇ, ਆਸਣ ਲਾ ਲਾਂਗੇ ਉੱਥੇ। ਉੱਥੇ ਕਈ ਸੂਖਮ ਵਿਚਾਰੇ ਨੇ ਸ਼ਬਦ ਜਿਹੜਾ ਰੋਜ਼ ਪੜ੍ਹਦੇ ਹਾਂ, ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਉੱਥੇ ਜਿਵੇਂ ਜਿਵੇਂ ਬੈਠਾਂਗੇ ਆਸਣ ਲਾਵਾਂਗੇ, ਮਾਲਕ ਸਾਡੇ 'ਤੇ ਪ੍ਰਤੀਤ ਕਰੇਗਾ ਵੀ ਇਹਨਾਂ ਬੱਚਿਆਂ ਨੂੰ ਸਮਝ ਆ ਗਈ। ਪਰ ਉੱਥੋਂ ਇਹ ਪੰਜੇ ਜਣੇ ਕੋਸ਼ਿਸ਼ ਕਰਨਗੇ ਸਾਨੂੰ ਭਜਾਉਣ ਦੀ। ਉੱਥੇ ਅਸੀਂ ਜੇਕਰ ਵਿਚਾਰ ਆਉਂਦੇ ਨੇ, ਫਿਰ ਅਸੀਂ ਸਿਮਰਨ ਕਰਨਾ ਵੀ ਹਜੇ ਪੌਣ ਪੂਰੀ ਸਮ ਨਹੀਂ ਹੋਈ, ਅਸੀਂ ਪੌਣ ਤੋਂ ਉੱਪਰ ਨਹੀਂ ਉੱਠੇ, ਤਾਂ ਵਿਚਾਰ ਆ ਰਹੇ ਨੇ, ਸ਼ਬਦ ਵੀ ਸਾਨੂੰ ਸੁਣ ਰਹੇ ਨੇ ਅਤੇ ਵਿਚਾਰ ਵੀ ਆ ਰਹੇ ਨੇ। ਜਦੋਂ ਅਸੀਂ ਪੌਣ ਤੋਂ ਉੱਪਰ ਉੱਠ ਗਏ ਅਤੇ ਫਿਰ ਉੱਥੋਂ ਸਾਨੂੰ ਇਹ ਸ਼ਬਦ, ਇਹ ਨਾਮ, ਇਹ ਨਾਦ ਸੁਣੇਗਾ, ਉਹਦੇ ਸਮਾਵਾਂਗੇ, ਅੰਮ੍ਰਿਤ ਸ਼ੁਰੂ ਹੋ ਜਾਏਗਾ, ਅੱਗੇ ਸਫ਼ਰ ਚੱਲ ਪਏਗਾ। ਇਸ ਕਰਕੇ ਆਓ ਆਪਾਂ ਬੜੇ ਪਿਆਰ ਦੇ ਨਾਲ ਸਿਮਰਨ ਕਰਨਾ ਹੈ। ਇਹ ਕੋਈ ਵਿਚਾਰ ਦੇਈ ਜਾਣ, ਆਪਾਂ ਇਹਨਾਂ ਦੀ ਨਹੀਂ ਸੁਣਨੀ ਵੀ ਹੁਣ ਅਸੀਂ ਆਪਦੇ ਦੇਸ਼ ਨੂੰ ਚੱਲੇ ਹਾਂ, ਸਾਨੂੰ ਪਤਾ ਲੱਗ ਗਿਆ ਵੀ ਇੱਥੇ ਸਾਡਾ ਕੁਛ ਹੈ ਨਹੀਂ, ਇਹ ਤਾਂ ਇੱਕ ਖੇਲ ਆ। ਆਪਨ ਨਹੀਂ ਤਨ ਕਾਂ ਕੋ ਗਰਬਾ, ਰਾਜ ਮਿਲਖ ਆਪਨ ਨਹੀਂ ਦਰਬਾ, ਆਪਨ ਨਹੀਂ ਕਾਂ ਕੋ, ਕਾਹਦੇ ਵਾਸਤੇ ਫਸ ਕੇ ਕਹਿੰਦੇ ਇੱਥੇ, ਕਿਉਂ ਫਸਿਓ ਫਿਰ? ਕਹਿੰਦੇ ਕਹਿੰਦੇ ਇਸ ਮਾਇਆ ਮੋਹਣੀ ਨੇ ਫਸਾਤਾ। ਸੋ ਆਓ ਹੁਣ ਕੋਈ ਵਿਚਾਰ ਨਹੀਂ ਆਉਣ ਦੇਣਾ, ਠੀਕ ਹੈ ਜੀ? ਸ਼ਾਬਾਸ਼ ਕਰੋ ਜੀ ਸ਼ੁਰੂ। ਵਾਹ ਕਰ
ਗੁਰੂ ਵਾਹ 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 ਗੁਰੂ 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 ਵਾਹ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ 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 ਵਾਹ 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 ਗੁਰੂ 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ 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 ਵਾਹ 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 ਗੁਰੂ 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 Ah!
ਸਹਿ ਸਹਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਗੁਰਮੁਖ ਪਿਆਰਿਓ, ਜਦੋਂ ਆਪਾਂ ਨਾਮ ਦੇ ਨਾਲ ਪਿਆਰ ਪਾਲਾਂਗੇ ਨਾ, ਮਹਾਰਾਜ ਕਹਿੰਦੇ ਪੁੱਤ ਤੁਹਾਨੂੰ ਸਾਰੇ ਸੁੱਖ ਮਿਲਣਗੇ, ਲੋਕ ਦੇ ਵੀ ਪਰਲੋਕ ਦੇ ਵੀ। ਜੋ ਵੀ ਤੁਹਾਡੀ ਇੱਛਾ ਹੈ ਸਭ ਮਹਾਰਾਜ ਪੂਰੀ ਕਰ ਦੇਣਗੇ। ਜਿਹਨੂੰ ਮਹਾਰਾਜ ਕਹਿੰਦੇ ਇੱਛਾ ਪੂਰਵਕ ਸਰਬ ਸੁਖਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁੱਖ ਪਾਵੇ ਮੇਰੇ ਮਨ। ਲੇਕਿਨ ਸਾਡਾ ਮਨ ਜਦੋਂ ਭਰਮ ਵਿੱਚ ਹੁੰਦਾ ਹੈ, ਉਸ ਪਰਮਾਤਮਾ ਨਾਲ ਵੀ ਜੂਆ ਖੇਡਦਾ ਵੀ ਪਹਿਲਾਂ ਮੈਨੂੰ ਸੁੱਖ ਮਿਲ, ਫਿਰ ਮੈਂ ਨਾਮ ਜਪਾਂਗਾ। ਅਤੇ ਮਹਾਰਾਜ ਕਹਿੰਦੇ ਵੀ ਨਾਮ ਨੂੰ ਵਿਸਾਰ ਕੇ ਸੁੱਖ ਨਹੀਂ ਮਿਲ ਸਕਦਾ। ਐਸਾ ਜੱਗ ਦੇਖਿਆ ਜਵਾਰੀ, ਸਭ ਸੁੱਖ ਮੰਗੇ ਨਾਮ ਵਿਸਾਰੀ। ਇਸ ਕਰਕੇ ਗੁਰਮ ਪਿਆਰਿਓ, ਆਪਾਂ ਨਾਮ ਨੂੰ ਨਹੀਂ ਵਿਸਾਰਨਾ। ਜੋ ਹੀ ਅਸੀਂ ਨਾਮ ਵਿੱਚ ਸਮਾਵਾਂਗੇ, ਆਪਦੇ ਪਿਤਾ ਦੇ ਸਨਮੁੱਖ ਹੋ ਜਾਵਾਂਗੇ। ਅਤੇ ਮਹਾਰਾਜ ਕਹਿੰਦੇ ਜੋ ਮੰਗੇ ਠਾਕਰ ਆਪਣੇ ਤੇ, ਸੋਈ ਸੋਈ ਦੇਵੇ। ਕਹਿੰਦੇ ਪੁੱਤ ਜੋ ਮੰਗੋਗੇ ਉਹੀ ਦੇਗਾ। ਤੁਸੀਂ ਜੇ ਰਾਜ ਸੰਸਾਰ ਦਾ ਚਾਹੁੰਦੇ ਹੋ ਉਹ ਦੇ ਦੇਗਾ, ਸ੍ਰਿਸ਼ਟੀ ਦਾ ਚਾਹੁੰਦੇ ਉਹ ਦੇ ਦੇਗਾ। ਇਸ ਕਰਕੇ ਮਹਾਰਾਜ ਕਹਿੰਦੇ ਕਿ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਵੇਂ ਜਿਵੇਂ ਤੁਸੀਂ ਨਾਮ ਨੂੰ ਮਨ 'ਚ ਵਸਾਓਗੇ, ਮਹਾਰਾਜ ਕਹਿੰਦੇ ਉਹ ਪਰਮਾਤਮਾ ਤੁਹਾਨੂੰ ਸਭ ਦੇ ਅੰਦਰ ਦਿਸਣਾ ਸ਼ੁਰੂ ਹੋ ਜਾਏਗਾ। ਮਹਾਰਾਜ ਗੁਰਬਾਣੀ ਵਿੱਚ ਸਮਝਾ ਰਹੇ ਨੇ, ਔਰ ਧਾਰੇ ਅੰਤਰ ਜੋ ਨਾਮ, ਸਰਬ ਮੈਂ ਪੇਖੇ ਭਗਵਾਨ। ਨਿਮਕ ਨਿਮਕ ਠਾਕਰ ਨਮਸਕਾਰੇ, ਨਾਨਕ ਉਹ ਅਪਰਸ ਸਗਲ ਨਿਸਤਾਰੇ। ਇਸ ਕਰਕੇ ਜਿਹੜਾ ਵੀ ਜੀਵ ਗੁਰਬਾਣੀ ਨੂੰ ਮੰਨੇਗਾ, ਉਹਨੂੰ ਦੁਖੀ ਹੋਣ ਦੀ ਤਾਂ ਲੋੜ ਹੀ ਨਹੀਂ, ਨਾ ਉਹਨੂੰ ਕਿਸੇ ਅੱਗੇ ਹੱਥ ਫਲਾਉਣ ਦੀ ਲੋੜ ਹੈ, ਕਿਉਂਕਿ ਸਤਿਗੁਰ ਹੀ ਐਸਾ ਇਹ। ਕੋਈ ਵੀ ਇਹਨਾਂ ਦਾ ਬਚਨ ਕਮਾਲੇ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਸਭ ਵਾਸਤੇ ਹੈ। ਜਿਵੇਂ ਜਿਵੇਂ ਇਹਨਾਂ ਦਾ ਬਚਨ ਕਮਾਏਗਾ, ਦੁਬਧਾ ਅੰਦਰੋਂ ਦੂਰ ਹੋ ਜਾਏਗੀ। ਅਤੇ ਪਰਾਈ ਤਾਤ ਹੀ ਸਾਨੂੰ ਦੁਖੀ ਕਰਦੇ ਹੈ। ਮਹਾਰਾਜ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਜਿਸ ਦਾ ਕਦੇ ਨਾ ਹੋਵੇ ਭਲਾ, ਕਦੇ ਨਹੀਂ ਹੋ ਸਕਦਾ। ਅਤੇ ਪਰਾਈ ਤਾਤ ਕਿੱਥੇ ਖਤਮ ਹੁੰਦੀ ਹੈ? ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ
ਭਾਈ ਨਾ ਕੋ ਬੈਰੀ ਨਾਹੇ ਬਗਾਨਾ ਸਗਲ ਸੰਗ ਹਮ ਕੋ ਬਣਿਆਈ। ਫਿਰ ਗੁਰਮੁਖ ਪਿਆਰਿਓ ਸੁੱਖ ਦੁੱਖ ਕਿਤੇ ਹੈ ਹੀ ਨਹੀਂ। ਇਸ ਕਰਕੇ ਜਦੋਂ ਨਾਮ ਨਾਲ ਜੁੜ ਜਾਂਗੇ, ਸੱਚ ਨਾਲ ਜੁੜ ਜਾਂਗੇ, ਲੋਕ 'ਚ ਵੀ ਸੁਖੀ ਪਰ ਲੋਕ 'ਚ ਵੀ ਸੁਖੀ, ਇਹਾਂ ਸੁੱਖ ਦਰਗੇ ਜੈਕਾਰ। ਸੋ ਇਸ ਕਰਕੇ ਗੁਰਮੁਖ ਪਿਆਰਿਓ ਇੱਥੋਂ ਤਾਂ ਆਪਾਂ ਜਾਣਾ ਹੀ ਹੈ, ਕਿਸੇ ਨੇ ਅਗੇਤਾ ਕਿਸੇ ਨੇ ਪਛੇਤਾ, ਅਤੇ ਜਿਹੜੇ ਜੀਵ ਜਿਸ ਘਰ ਜਾਏ ਨੇ ਉਹ ਕਰਕੇ ਜਾਂਦੇ ਨੇ, ਉਹਨਾਂ ਨੂੰ ਦਰਗਾਹ ਦੇ ਵਿੱਚ ਪਰਮਾਤਮਾ ਬਹੁਤ ਸਤਿਕਾਰ ਦਿੰਦਾ ਵੀ ਮੇਰਾ ਬੱਚਾ ਇਸ ਖੇਲ ਨੂੰ ਜਿੱਤ ਕੇ ਘਰ ਵਾਪਸ ਆਇਆ। ਜਿਵੇਂ ਤੁਸੀਂ ਦੇਖੋ ਆਪਣੇ ਪਲੇਅਰ ਦੂਸਰੇ ਦੇਸ਼ਾਂ ਵਿੱਚੋਂ ਜਿੱਤ ਕੇ ਆਉਂਦੇ ਨੇ ਅਤੇ ਕਿਵੇਂ ਆਪਾਂ ਖੁਸ਼ੀ ਮਨਾਉਣੇ, ਉਹਨਾਂ ਦਾ ਸਤਿਕਾਰ ਕਰਦੇ ਹਾਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਜੋ ਜਨ ਹਰ ਪ੍ਰਭ ਹਰ ਹਰ ਸਰਨਾ ਤਿੰਨ ਦਰਗਾਹ ਹਰ ਹਰ ਦੇ ਵਡਿਆਈ, ਧੰਨ ਧੰਨ ਸ਼ਾਬਾਸ਼ ਕਹੇ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗੱਲ ਆਈ। ਜੋ ਸਾਡਾ ਗੁਰਮੁਖ ਪਿਆਰੇ ਸੁਆਸ ਹੈ ਨਾ, ਇਹ ਇੰਨਾ ਕੀਮਤੀ ਹੈ ਕਿ ਜਿੰਨੀ ਮਰਜ਼ੀ ਕੀਮਤ ਉਤਾਰ ਦੀਏ ਇਹ ਮੁੱਲ ਨਹੀਂ ਮਿਲ ਸਕਦਾ, ਕਿਤੋਂ ਵੀ ਨਹੀਂ ਮਿਲਦਾ। ਅਤੇ ਸਵਾਸ ਨਾਲ ਸਾਡਾ ਜੀਵਨ ਹੈ, ਫਿਰ ਹੀ ਅੱਗੇ ਪਰਿਵਾਰ ਹੈ ਅਤੇ ਫਿਰ ਹੀ ਸੰਸਾਰ ਆ। ਇਸ ਕਰਕੇ ਮਹਾਰਾਜ ਕਹਿੰਦੇ ਆ, ਦੇਖੋ ਇੱਥੋਂ ਤੁਹਾਡੇ ਮੁੱਖ 'ਚੋਂ ਸਵਾਸ ਪਾ ਰਿਹਾ ਤੁਹਾਡਾ ਪਿਤਾ, ਉਹ ਕਰਤਾ ਪੁਰਖ ਆਪੇ ਕਰਤਾ ਕਰ ਕਰ ਦੇਖੇ ਦੇਣ ਦਾ ਸਾਸ ਗਰਾਹਾ ਹੈ। ਕਹਿੰਦੇ ਪੁੱਤ ਇਹ ਰਤਨਾਂ ਨੂੰ ਸੰਭਾਲੋ, ਜੇਕਰ ਇਹਨਾਂ ਰਤਨਾਂ ਨੂੰ ਸੰਭਾਲੋਗੇ ਤਾਂ ਸੁਖੀ ਹੋ ਜਾਓਗੇ। ਹੁਣ ਇਹ ਰਤਨਾਂ ਨੂੰ ਆਪਾਂ ਸੰਭਾਲਣਾ ਕਿਵੇਂ ਹੈ? ਆਇਆ ਸਾਹਿਬ ਵਾਹਿ ਬੋਲਿਆ, ਉੱਪਰ ਨੂੰ ਆਇਆ ਗੁਰੂ ਬੋਲਿਆ, ਬਸ ਸੰਭਾਲੇ ਜਾ ਰਹੇ ਨੇ। ਵਾਹਿਗੁਰੂ ਵਾਹਿਗੁਰੂ, ਵਿਚਾਰ ਨਹੀਂ ਕੋਈ ਆਉਣ ਦੇਣਾ। ਜਦੋਂ ਪੈਦਲ ਤੁਰਦੇ ਹੋ ਇੱਕ ਪੈਰ 'ਤੇ ਵਾਹੇ ਦੂਸਰੇ 'ਤੇ ਗੁਰੂ, ਸੰਘਣਾ ਨਹੀਂ ਬਿਲਕੁਲ। ਇਹ ਸਾਡਾ ਕੰਮ ਆ, ਕੰਮ ਕਰਦਾ ਜਿਹੜਾ ਜੀਵ ਸੰਗੇ ਉਹ ਘਾਟੇ ਵਿੱਚ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਵੀ ਹੁਣ ਸੁਖੀ ਕੋ ਸੋਵੇ, ਸਿਮਰਨ ਛਾੜ ਪਰਮਗਤ ਚਾਹੇ ਮੂਲ ਬਿਨਾ ਸ਼ਾਖਾਂ ਕਤੇ ਆਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਸਭ ਤੋਂ ਉੱਚਾ ਕੰਮ ਹੈ, ਅਤੇ ਉਹੀ ਕਰਦੇ ਨੇ ਜਿਨ੍ਹਾਂ ਨੂੰ ਉਹ ਆਪ ਕਰਾਉਂਦਾ। ਸੇ ਸਿਮਰੇ ਜਿਨ ਆਪ ਸਮਰਾਏ, ਨਾਨਕ ਤਾਂ ਕੇ ਲਾਗੂ ਪਾਏ। ਜੇ ਜ਼ਿਆਦਾ ਖੁਸ਼ ਹੋ ਜੇ ਫਿਰ ਸੰਗਤ ਨਾਲ ਪਿਆਰ ਪਾਉਂਦਾ। ਜੈ ਠਾਕੁਰ ਪ੍ਰਸੰਨ ਭਇਓ ਸਤ ਸੰਗਤ ਹੈ ਪਿਆਰ। ਇਸ ਕਰਕੇ ਗੁਰਮੁਖ ਪਿਆਰਿਓ ਮਾਲਕ ਦੀ ਕਿਰਪਾ, ਇਹ ਨਵੇਂ ਪਾਤਸ਼ਾਹ ਦਾ ਦਰ ਆ, ਗੁਰਦੁਆਰਾ ਗੁਰੂ ਤੇਗ ਬਹਾਦਰ ਸਿਮਰਨ ਦੁਆਰ, ਉਹਨਾਂ ਦੀ ਕਿਰਪਾ ਸਦਕਾ ਇੱਥੇ ਭਗਤੀ ਕੀਤੀ ਜਾ ਰਹੀ ਹੈ। ਤੇਗ ਬਹਾਦਰ ਸਿਮਰੀਏ ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਇਸ ਕਰਕੇ ਇੱਥੇ ਕੋਈ ਸੰਸਾਰ ਦੀ ਫਾਲਤੂ ਗੱਲ ਹੀ ਨਹੀਂ ਹੁੰਦੀ, ਨਾ ਕਿਸੇ ਦੀ ਨਿੰਦਿਆ, ਨਾ ਕਿਸੇ ਦੀ ਚੁਗਲੀ, ਨਾ ਕਿਸੇ ਨਾਲ ਦੁਬਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਸੋ ਸੱਚ ਮੰਤਰ ਜਿਤ ਸੱਚ ਧਿਆਈਏ, ਸੋ ਰਿਦਾ ਸਹੇਲਾ ਜਿਤ ਹਰ ਗੁਣ ਗਾਈਏ, ਸੋ ਧਰਤ ਸਹਾਵੀ ਜਿੱਥੇ ਵਸੇ ਹਰ ਜਨ, ਸੱਚੇ ਨਾਮ ਵਿੱਟੋਂ ਕੁਰਬਾਨਾ ਜੀਓ। ਸੋ ਤੁਹਾਡੇ ਚਰਨਾਂ 'ਚ ਬੇਨਤੀ ਹੈ, ਇਸੇ ਤਰ੍ਹਾਂ ਹੋਰ ਵੀ ਸੰਗਤ ਨੂੰ ਬੇਨਤੀ ਕਰਕੇ ਲਿਆਇਆ ਕਰੋ, ਉਹ ਵੀ ਆਪਦੇ ਜੀਵਨ ਦਾ ਲਾਹਾ ਲੈਣ। ਇਸੇ ਤਰ੍ਹਾਂ ਜੋ ਦੂਸਰਾ ਗੁਰੂ ਘਰ ਆਪਣਾ
ਉਹ ਮਾਛੀਵਾੜੇ ਪਿੰਡ ਹੈ ਫਿਰੋਜ਼ਪੁਰ ਦੇ ਨਾਲ, ਉੱਥੇ ਵੀ ਇਸੇ ਤਰ੍ਹਾਂ ਕੋਈ ਸਵਾਏ ਸੱਚ ਤੋਂ ਕੋਈ ਬਚਨ ਨਹੀਂ ਹੁੰਦਾ। ਇਸ ਕਰਕੇ ਜਿਹੜੀ ਧਰਤੀ ਹੈ ਜਿੱਥੇ ਅਸੀਂ ਬਹਿ ਕੇ ਨਾਮ ਜਪਦੇ ਨਾ, ਉਹ ਪਵਿੱਤਰ ਹੋ ਜਾਂਦੀ ਹੈ। ਜੈ ਹਰ ਸਿਮਰਨ ਭਇਆ ਤੈ ਉਪਾਧ ਕਤ ਕੀਨੀ, ਬਟ ਭਾਗੀ ਹਰ ਜਪਣਾ। ਹੁਣ ਤੁਸੀਂ ਕਿੰਨੀਆਂ ਕਰਮਾਂ ਵਾਲੀਆਂ ਰੂਹਾਂ ਬੈਠ ਕੇ ਨਾਮ ਜਪ ਰਹੇ ਹੋ। ਇਸ ਕਰਕੇ ਗੁਰਮੁਖ ਪਿਆਰਿਓ, ਜਿਵੇਂ ਜਿਵੇਂ ਆਪਾਂ ਨਾਮ ਜਪਦੇ ਹਾਂ ਉਹ ਜਗ੍ਹਾ ਇੱਕ ਤੀਰਥ ਦਾ ਰੂਪ ਧਾਰਨ ਕਰ ਦਿੰਦੀ ਹੈ। ਜਿਹੜਾ ਵੀ ਜੀਵ ਆਉਂਦਾ ਉਹਦੇ ਮਨ ਨੂੰ ਸ਼ਾਂਤੀ ਆਉਂਦੀ, ਜੋ ਉਹਦੇ ਮਨ ਦੀ ਇੱਛਾ ਪੂਰੀ ਹੋ ਜਾਂਦੀ। ਇਸ ਕਰਕੇ ਈਰਖਾ, ਨਿੰਦਿਆ ਚੁਗਲੀ ਅਤੇ ਮਾੜਾ ਬੋਲਣ ਤੋਂ ਬਚ ਕੇ ਰਹਿਣਾ। ਕਿਸੇ ਦਾ ਕੋਈ ਔਗਣ ਨਹੀਂ ਦੇਖਣਾ, ਆਪਦੇ ਅੰਦਰ ਝਾਤੀ ਮਾਰਨੀ ਵੀ ਸਾਡੇ ਅੰਦਰ ਕੀ ਵਿਚਾਰ ਚੱਲ ਰਹੇ ਨੇ। ਜੇ ਮੰਨ ਲਓ ਕਿਸੇ ਨੇ ਕੋਈ ਮਾੜਾ ਕਰਮ ਕੀਤਾ, ਉਹ ਜ਼ਾਹਰ ਹੋ ਗਿਆ, ਅਸੀਂ ਸਾਰੇ ਉਹਦੀ ਬਦਨਾਮੀ 'ਤੇ ਲੱਗ ਜਾਂਦੇ ਵੀ ਇਹਨਾਂ ਦੀ ਬੱਚੀ ਨੇ ਆਹ ਕਰਤਾ, ਇਹਨਾਂ ਦੇ ਬੱਚੇ ਨੇ ਆਹ ਕਰਤਾ। ਅਤੇ ਬਾਬਾ ਫਰੀਦ ਜੀ ਕਹਿੰਦੇ, ਪੁੱਤ ਤੂੰ ਆਪਦੇ ਅੰਦਰ ਤਾਂ ਝਾਤੀ ਮਾਰ, ਤੇਰੇ ਅੰਦਰ ਇਸ ਤੋਂ ਭੈੜੇ ਵਿਚਾਰ ਚੱਲਦੇ ਆ। ਇਹ ਤਾਂ ਸ਼ੁਕਰ ਹੈ ਵੀ ਮਾਲਕ ਤੇਰਾ ਹਜੇ ਪਰਦਾ ਰੱਖੀ ਬੈਠਾ ਹੈ। ਠੀਕ ਹੈ ਜੀ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੇ ਗੁਰਵਾਨ ਮੈਂ ਸਿਰ ਨੀਵਾਂ ਕਰ ਦੇਖ। ਇਸ ਕਰਕੇ ਗੁਰਮੁਖ ਪਿਆਰਿਓ, ਇਸ ਖੇਲ ਦੇ ਵਿੱਚ ਕਾਮਯਾਬੀ ਦਾ ਇੱਕੋ ਹੀ ਰਾਜ ਆ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਬਸ ਕਿਸੇ ਦਾ ਔਗਣ ਦੇਖਣਾ ਹੀ ਨਹੀਂ। ਸੋ ਹੁਣ ਸਮਾਂ ਹੋ ਗਿਆ ਜੀ, ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਕਦਮ ਕਦਮ ਚੱਲ ਕੇ ਆਇਆ ਸਿਰ ਮੱਥੇ, ਇੱਥੇ ਰਹਿਣ ਦੀ ਸਾਰੀ ਸੁਵਿਧਾ ਹੈ ਜੀ, ਰਾਤ ਨੂੰ ਪੈਣ ਦੀ, ਬਿਸਤਰੇ ਦੀ, ਪ੍ਰਸ਼ਾਦਾ ਪਾਣੀ, ਸੁਬਾ ਚਾਹ ਪਾਣੀ ਦੀ। ਤੁਸੀਂ ਇਸ ਹਿਸਾਬ ਨਾਲ ਆਇਆ ਕਰੋ ਕਿ ਇੱਥੇ ਰੁਕ ਜਾ ਕਰੋ ਰਾਤ, ਜਿਹੜੇ ਰਹਿ ਸਕਦੇ ਨੇ ਚਲੋ, ਜਿਨ੍ਹਾਂ ਦੀ ਕੋਈ ਮਜਬੂਰੀ ਹੈ ਉਹ ਗੱਲ ਵੱਖਰੀ ਹੈ। ਕਿਉਂਕਿ ਹੁਣ ਸਮਾਪਤੀ ਤੋਂ ਬਾਅਦ ਪ੍ਰਸ਼ਾਦਾ ਛੱਕ ਕੇ ਗੁਰਮੁਖ ਇੱਕ ਘੰਟਾ ਫਿਰ ਸਿਮਰਨ ਕਰਦੇ ਨੇ, ਫਿਰ ਸੁਬਾ 3 ਤੋਂ 5 ਕਰਦੇ ਨੇ। ਇਹ ਲਾਹਾ ਹੈ ਆਪਣੇ ਜੀਵਨ ਦਾ, ਜਿਸ ਨੂੰ ਮਹਾਰਾਜ ਕਹਿੰਦੇ ਨੇ ਕਿ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਓ। ਇਸ ਕਰਕੇ ਉਸ ਮਾਲਕ ਨੇ ਕਿਰਪਾ ਕਰਕੇ ਆਪਣੇ ਵਾਸਤੇ ਆ ਸਾਰੀ ਸੁਵਿਧਾ ਬਣਾਈ ਹੈ ਵੀ ਜੀਵਾਂ ਨੂੰ ਕੋਈ ਗਰਮੀ ਸਰਦੀ ਦੀ ਤਕਲੀਫ ਨਾ ਆਵੇ। ਸੋ ਇਸ ਕਰਕੇ ਆਪਾਂ ਉਹਦੀ ਨਿਆਮਤ ਦਾ, ਉਹਦੀ ਕਿਰਪਾ ਦਾ ਫਾਇਦਾ ਉਠਾਈਏ। ਸੋ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।